ਕੁਆਰੀ ਕੁੜੀ, ਮੈਂ ਬੱਸਾਂ 'ਚ ਧੱਕੇ ਖਾਂਦੀ ਫਿਰਦੀ ਹਾਂ। 200 ਕਿਲੋਮੀਟਰ ਦੀ ਦੂਰੀ 'ਤੇ ਮੈਂ ਤਰਨ ਤਾਰਨ ਡਿਸਟ੍ਰਿਕਟ ਡੇਲੀ ਅਪ ਡਾਊਨ ਕਰਦੀ ਹਾਂ। ਮੇਰੀ ਛੋਟੀ ਜਿਹੀ ਗੁੜੀ ਹੈ, ਸੁਬਹਾ 4 ਵਜੇ ਮੈਨੂੰ ਛੱਡਦੀ ਆ, ਸ਼ਾਮ ਨੂੰ 7:30 ਮੈਨੂੰ ਜਾ ਕੇ ਦੇਖਦੀ ਆ। ਸਾਡਾ ਤਾਂ ਡੇਲੀ ਦਾ ਸੰਘਰਸ਼ ਹੈ, ਬੱਚੇ ਸਾਡੇ ਨਾਲ ਰਹਿੰਦੇ ਆ ਤਾਂ ਸੰਘਰਸ਼ ਹੈ, ਬੱਚੇ ਅਸੀਂ ਪਿੱਛੇ ਛੱਡ ਕੇ ਆਉਂਦੇ ਹਾਂ ਸਾਡਾ ਤਾਂ ਸੰਘਰਸ਼ ਹੈ। ਮੇਰੇ ਮਾਤਾ ਜੀ 5 ਸਾਲ ਤੋਂ ਮਾਨਸਿਕ ਪਰੇਸ਼ਾਨੀ ਬਿਮਾਰੀ ਦਾ ਸ਼ਿਕਾਰ ਹਨ। ਮੈਂ ਸਵੇਰੇ ਉਹਨਾਂ ਨੂੰ ਛੱਡ ਕੇ ਆਉਂਦੀ ਹਾਂ, ਸ਼ਾਮ ਨੂੰ ਮੈਂ ਜਾ ਕੇ ਉਹਨਾਂ ਨੂੰ ਵਾਪਸ ਦੇਖਦੀ ਹਾਂ। ਕੁਆਰੀ ਕੁੜੀ, ਮੈਂ ਬੱਸਾਂ 'ਚ ਧੱਕੇ ਖਾਂਦੀ ਫਿਰਦੀ ਹਾਂ। 200 ਕਿਲੋਮੀਟਰ ਦੀ ਦੂਰੀ 'ਤੇ ਮੈਂ ਤਰਨ ਤਾਰਨ ਡਿਸਟ੍ਰਿਕਟ ਡੇਲੀ ਅਪ ਡਾਊਨ ਕਰਦੀ ਹਾਂ। ਅਤੇ ਮੇਨ ਗੱਲ ਇਹ ਕਿ 5 ਸਾਲ ਅਸੀਂ ਆਪਦੀ ਜ਼ਿੰਦਗੀ ਦੇ ਇਹਨਾਂ ਨੂੰ ਦੇ ਚੁੱਕੇ ਹਾਂ। 5 ਸਾਲ ਤਨ ਦੇਹੀ ਨਾਲ ਅਸੀਂ ਕੰਮ ਕੀਤਾ, ਉਸ ਤੋਂ ਬਾਅਦ ਅਸੀਂ ਮੰਗ ਰੱਖੀ ਹੈ ਵੀ ਸਾਡੀ ਬਦਲੀ ਕੀਤੀ ਜਾਵੇ। ਬਦਲੀ ਹੋਣ ਉਪਰੰਤ ਸਾਨੂੰ ਕਹਿੰਦੇ ਆ ਜੀ ਤੁਹਾਨੂੰ ਫਾਰਗ ਨਹੀਂ ਕਰਨਾ, ਤੁਸੀਂ ਇੱਥੇ ਹੋਰ ਕੰਮ ਕਰੋ। ਸਾਡਾ ਤਾਂ ਡੇਲੀ ਦਾ ਸੰਘਰਸ਼ ਹੈ, ਬੱਚੇ ਸਾਡੇ ਨਾਲ ਰਹਿੰਦੇ ਆ ਤਾਂ ਸੰਘਰਸ਼ ਹੈ, ਬੱਚੇ ਅਸੀਂ ਪਿੱਛੇ ਛੱਡ ਕੇ ਆਉਂਦੇ ਹਾਂ ਸਾਡਾ ਤਾਂ ਸੰਘਰਸ਼ ਹੈ। ਮੇਰੇ ਪੂਰੇ ਘਰ ਤੋਂ ਮੈਨੂੰ 320 ਕਿਲੋਮੀਟਰ ਪੈਂਦਾ ਮੇਰਾ ਸਟੇਟ। ਮੈਂ ਉੱਥੇ ਹੀ ਰਹਿੰਦੀ ਔਰ ਮੈਂ ਸਿੰਗਲ ਰਹਿੰਦੀ ਹਾਂ, ਮੇਰਾ ਬੱਚਾ ਮੇਰੇ ਨਾਲ ਰਹਿੰਦਾ। ਘਰ ਦੇ ਵਿੱਚ ਮੇਰੇ ਪਿੱਛੇ ਦਾਦੀ ਸਰ ਦਾਦਾ ਸਹੁਰਾ, ਉਹਨਾਂ ਨੂੰ ਕੋਈ ਸਾਂਭਣ ਵਾਲਾ ਹੈ ਨੀਗਾ। ਮੇਰੇ ਮਦਰ ਇਨ ਲਾਅ ਉਹਨਾਂ ਨੂੰ ਸਾਂਭਣ ਕੇ ਸਾਨੂੰ ਸਾਂਭਣ, ਹਸਬੈਂਡ ਮੇਰੇ ਇਕੱਲੇ ਹੈ। ਮੈਂ ਸਟੇ ਨਹੀਂ ਕਰ ਸਕਦੀ, ਮੇਰੀ ਘਰ ਮਜਬੂਰੀ ਹੈ। ਮੈਂ ਸੁਬਹਾ ਖਾਣਾ ਬਣਾ ਕੇ ਆਉਂਦੀ ਹਾਂ ਅਤੇ ਸ਼ਾਮ ਨੂੰ ਜਾ ਕੇ ਮੈਂ ਖਾਣਾ ਬਣਾ ਕੇ ਆਉਣਾ ਹੁੰਦਾ। ਮੇਰੀ ਛੋਟੀ ਜਿਹੀ ਗੁੜੀ ਹੈ, ਸੁਬਹਾ 4 ਵਜੇ ਮੈਨੂੰ ਛੱਡਦੀ ਹਾਂ, ਸ਼ਾਮ ਨੂੰ 7:30 ਮੈਨੂੰ ਜਾ ਕੇ ਦੇਖਦੀ ਹਾਂ। ਮੇਰੇ ਹਸਬੈਂਡ ਵੀ ਜੋਬ 'ਤੇ ਹੈ, ਬਟ ਪਿੱਛੋਂ ਜੋ ਉਹ ਜੋਬ 'ਤੇ ਵੀ ਜਾਂਦੇ, ਗੁੜੀਆ ਵੀ ਹੈਂਡਲ ਕਰਦੇ ਆ, ਘਰ ਵੀ ਸੰਭਾਲਦੇ ਹੈ। ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਕੱਢਦੇ, ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਂਦੇ। ਸਾਡੇ ਸਾਥ ਹੀ ਕੁਝ ਬਾਹਰ ਬੈਠੇ ਸੀ, ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ। ਜੋ ਕਿਸਾਨ ਮੋਰਚੇ ਵਾਲੇ ਇਹ ਆਏ ਹੈ, ਇਹ ਉਹਨਾਂ ਨੂੰ ਵੀ ਅੰਦਰ ਲੈ ਕੇ ਆਏ ਹੈ ਅਤੇ ਸਾਡੇ ਲਈ ਖਾਣਾ ਲੈ ਕੇ ਆਏ ਹੈ, ਚਾਹ ਲੈ ਕੇ ਆਏ ਅਤੇ ਪਾਣੀ ਦਾ ਗਲਾਸ ਇੰਨਾ ਸਾਨੂੰ ਫੜਾਇਆ। ਰਾਤ ਦਾ ਅਸੀਂ ਪਾਣੀ ਪੀਤਾ, ਹੁਣ ਇਹਨਾਂ ਦੇ ਹੱਥ ਤੋਂ ਅਸੀਂ ਪਾਣੀ ਪੀ ਰਹੇ ਹਾਂ। ਇਹਨਾਂ ਵੱਲੋਂ ਸਮੂਹ ਬਰਾਤਰੀ ਜਥੇਬੰਦੀਆਂ BKU ਡਕੌਂਦਾ, BKU ਅਗਰਾਹਾਂ, ਹੋਰ ਵੀ ਜਿੰਨੇ ਆਪਣੇ, ਜਦੋਂ ਮੈਂ ਆ ਕੇ ਇੱਥੇ ਦੇਖਿਆ, ਅੱਜ ਤਾਂ ਪ੍ਰਸ਼ਾਸਨ ਨੇ ਬੈਰੀਕੇਡ ਕੀਤਾ ਹੋਇਆ ਸੀ। ਇਹ ਅਨਾਜ ਦੇ ਘਰ ਦੇ ਵਿੱਚ ਵਾਸ਼ਰੂਮ 'ਚ ਜਾਂਦੀਆਂ ਸੀ ਕੁੜੀਆਂ, ਉਹਨਾਂ ਨੂੰ ਵੀ ਜਾਣਾ ਬੰਦ ਕਰਤਾ, ਕੰਧ ਟੱਪ ਕੇ ਜਾਂਦੀਆਂ ਸੀ। ਹਾਲਾਂਕਿ ਪਰਿਵਾਰ ਵੱਲੋਂ ਉਹਨਾਂ ਨੂੰ ਕੋਈ ਰੋਕ ਨਹੀਂ ਸੀ, ਪੂਰੀ ਸਖਤਾਈ ਕੀਤੀ ਪ੍ਰਸ਼ਾਸਨ ਨੇ, ਪਰ ਜਦੋਂ ਅਸੀਂ ਆ ਗਏ ਜਥੇਬੰਦੀ ਵਾਲੇ ਤਾਂ ਪ੍ਰਸ਼ਾਸਨ ਪਿੱਛੇ ਮੁੜਿਆ। ਬਹੁਤ ਵਾਰ ਸਮਾਂ ਲੈਣ ਦੀ ਕੋਸ਼ਿਸ਼ ਕੀਤੀ ਗਈ, ਬਹੁਤ ਵਾਰ ਸਰਕਾਰੀ ਦਫ਼ਤਰਾਂ ਉੱਤੇ ਜਾ ਕੇ ਮੈਂ ਜਲੀਲ ਹੋਇਆ। ਲਗਭਗ ਸਾਰੇ ਟੀਚਰ ਦੀ ਹੀ ਜਵਾਇਨਿੰਗ ਜਿਹੜੀ 2016 ਦੇ ਵਿੱਚ ਅੰਤਰ ਜ਼ਿਲ੍ਹਾ ਹੋਈ ਸੀ, ਜਿੱਥੇ ਕਿ ਅਸੀਂ 5 ਸਾਲ ਇਸ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਕੰਮ ਕੀਤਾ, 5 ਸਾਲ ਲਗਾਤਾਰ ਅਸੀਂ ਕੰਮ ਕੀਤਾ। ਉਸ ਤੋਂ ਬਾਅਦ 5 ਸਾਲਾਂ ਬਾਅਦ ਸਾਡੀ ਬਦਲੀ ਕੀਤੀ ਪੰਜਾਬ ਸਰਕਾਰ ਨੇ, 5 ਸਾਲਾਂ ਬਾਅਦ ਸਾਡੀ ਬਦਲੀ ਕੀਤੀ। ਬਦਲੀ ਕਰਨ ਉਪਰੰਤ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਰਿਲੀਵ ਨਹੀਂ ਕਰਨਾ, ਕਿਉਂਕਿ ਸਾਡੀ ਜ਼ਿਲ੍ਹੇ ਦੇ ਵਿੱਚ ਕਹਿੰਦੇ ਜੀ ਮਾਸਟਰਾਂ ਦੀ ਘਾਟ ਹੈ। ਜਿਹੜੀ ਸਾਡੀ ਬਦਲੀ ਹੋਈ ਸੀ ਪੂਰੀ ਪਾਰਦਰਸ਼ੀ ਤਰੀਕੇ ਦੇ ਨਾਲ ਹੋਈ ਸੀ, ਅਤੇ ਅਸੀਂ ਆਪਣੇ ਘਰ ਵਾਪਸ ਜਾਣਾ ਸੀ। ਸਰਕਾਰ ਵੱਲੋਂ ਇੱਕ ਆਰਡਰ ਆਇਆ ਕਿ ਇਹਨਾਂ ਤਰਨ ਤਾਰਨ ਡਿਸਟ੍ਰਿਕਟ ਜ਼ਿਲ੍ਹੇ ਦੇ ਵਿੱਚ ਟੀਚਰਾਂ ਦੀ ਕਮੀ ਹੈ ਅਤੇ ਤੁਸੀਂ ਨਹੀਂ ਜਾ ਸਕਦੇ। ਸਾਡਾ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਨਾ ਤਾਂ ਕੋਈ ਸਾਡੇ ਲਈ ਨਵਾਂ ਬਜਟ ਜਾਰੀ ਕਰਨਾ, ਨਾ ਕੋਈ ਨਵੀਆਂ ਵੈਕੈਂਸੀਜ਼ ਕ੍ਰੀਏਟ ਕਰਨਾ,
ਸਾਡੀ ਆਲਰੇਡੀ ਬਦਲੀ ਹੋਈ ਹੋਈ ਹੈ, ਸਿਰਫ ਕੀ ਹੈ ਸਾਡੇ ਬਦਲੀ ਦੇ ਹੁਕਮ ਤੁਰੰਤ ਸਮੇਂ ਤੋਂ ਜਿਹੜੀ ਸਾਡੀ ਡੈਪੂਟੇਸ਼ਨ ਲਗਾਈਆਂ ਗਈਆਂ ਨੇ ਉਸ ਨੂੰ ਲਾਗੂ ਕਰਨਾ ਹੈ। ਦੇਖੋ ਜੀ, ਸਾਡਾ ETT ਕੈਡਰ ਜ਼ਿਲ੍ਹਾ ਕੈਡਰ ਹੈ, ਨਾ ਕਿ ਸਟੇਟ ਕੈਡਰ ਹੈ। ਜ਼ਿਲ੍ਹਾ ਕੈਡਰ ਦਾ ਮਤਲਬ ਇਹ ਹੈ ਵੀ ਸਾਡੀ ਡੈਪੂਟੇਸ਼ਨ ਅਗਰ ਅਧਿਆਪਕਾਂ ਦੀ ਕਮੀ ਕਰਕੇ ਸਾਡੇ DO BO ਲਗਾ ਨੇ, ਉਹ ਆਪਣੇ ਜ਼ਿਲ੍ਹੇ ਵਿੱਚ ਲਗਾ ਸਕਦੇ, ਬਾਹਰ ਨਹੀਂ ਲਗਾ ਸਕਦੇ। ਬਾਹਰ ਸਿਰਫ ਉਹਨਾਂ ਸਾਥੀਆਂ ਨੂੰ ਭੇਜਿਆ ਜਾਂਦਾ ਜੇ ਕੋਈ ਸ਼ਿਕਾਇਤੀਆਂ ਨੇ ਜਾਂ ਸਸਪੈਂਡ ਨੇ। ਦੇਖੋ, ਚਲਦੇ ਸੈਸ਼ਨ ਦੌਰਾਨ ਸਾਡੀ ਬਦਲੀ ਹੋਈ, ਤੁਸੀਂ ਫਰਕ ਕਰਤਾ, ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਰੱਖਦੇ, ਤੁਸੀਂ ਸੈਸ਼ਨ ਪੂਰਾ ਕੀਤਾ, ਅਸੀਂ ਸੈਸ਼ਨ ਪੂਰਾ ਕੀਤਾ। ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਮੰਨ ਕੇ ਸਾਡੇ ਹੱਥ ਪੱਤਰ ਨਹੀਂ ਜਾਰੀ ਕੀਤਾ ਜਾਂਦਾ, ਉਦੋਂ ਤੱਕ ਇਹ ਧਰਨਾ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਜਾਰੀ ਰਹੂਗਾ। ਵਰਗ ਸਿੱਖਿਆ ਮੰਤਰੀ, ਮੁੱਖ ਮੰਤਰੀ ਜੀ, DPI ਜੀ, ਸਿੱਖਿਆ ਸਕੱਤਰ ਜੀ, ਆਪਣੇ